ਅੱਜ ਬਣਾਵਾਂਗੇ ਅਸੀਂ ਲੋਬੀ ਦੀਆਂ ਫਲੀਆਂ। ਬਹੁਤ ਹੀ ਟੇਸਟੀ ਬਣਦੀਆਂ, ਕਿਵੇਂ ਬਣਦੀਆਂ ਨੇ, ਕਿਵੇਂ ਬਣਾਇਆ ਜਾਂਦਾ, ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ, ਆਓ ਸਿੱਖਦੇ ਹਾਂ। ਫਲੀਆਂ ਨੂੰ ਅਸੀਂ ਬਰੀਕ ਬਰੀਕ ਕੱਟ ਲਿਆ। ਪਹਿਲਾਂ ਅਸੀਂ ਇਹਨਾਂ ਨੂੰ ਧੋ ਲਿਆ ਸੀ। ਸਰੋਂ ਦਾ ਤੇਲ, ਮਸਟਰਡ ਆਇਲ ਪਾ ਲਿਆ। ਜਦੋਂ ਤੱਕ ਇਹ ਗਰਮ ਨਹੀਂ ਹੋ ਜਾਂਦਾ ਅਸੀਂ ਵੇਟ ਕਰਾਂਗੇ। ਤੇਲ ਸਾਡਾ ਗਰਮ ਹੋ ਚੁੱਕਿਆ, ਹੁਣ ਪਾਵਾਂਗੇ ਜੀਰਾ। ਸਭ ਤੋਂ ਪਹਿਲਾਂ ਪਾਵਾਂਗੇ ਅਸੀਂ ਲਸਣ, ਥੋੜ੍ਹਾ ਜਿਹਾ ਵੀ ਭੁੰਨ ਲਾਂਗੇ। ਹੁਣ ਪਾਵਾਂਗੇ ਇੱਥੇ ਅਸੀਂ ਪਿਆਜ, ਪਾਵਾਂਗੇ ਕੁੱਟਿਆ ਹੋਇਆ ਅਦਰਕ। ਲਸਣ ਵੀ ਅਸੀਂ ਕੁੱਟਿਆ ਹੋਇਆ ਸੀ ਔਰ ਜਿਹੜਾ ਸਾਡੇ ਕੋਲ ਅਦਰਕ ਹੈ ਉਹ ਵੀ ਅਸੀਂ ਕੁੱਟ ਲਿਆ ਸੀ। ਹਰੀਆਂ ਮਿਰਚਾਂ ਘਰ 'ਚ ਲੱਗੀਆਂ, ਦੇਖੋ ਜੀ, ਇਹ ਹੁਣ ਅਸੀਂ ਸਬਜ਼ੀ 'ਚ ਪਾਵਾਂਗੇ। ਪਾਵਾਂਗੇ ਇਹਦੇ ਵਿੱਚ ਹੁਣ ਪਾਵਾਂਗੇ ਅਸੀਂ ਇਸ ਵਿੱਚ ਹਲਦੀ। ਹੁਣ ਅਸੀਂ ਪਾਵਾਂਗੇ ਇਸ ਵਿੱਚ ਹਲਦੀ, ਚੰਗੀ ਤਰੀਕੇ ਨਾਲ ਭੁੰਨ ਲਾਂਗੇ ਅਸੀਂ ਇਸਨੂੰ। ਇਸ ਵਿੱਚ ਅਸੀਂ ਕੱਟੇ ਹੋਏ ਆਲੂ ਪਾਵਾਂਗੇ ਤੇ 2 ਮਿੰਟ ਅਸੀਂ ਪਹਿਲਾਂ ਆਲੂਆਂ ਨੂੰ ਪਕਾਵਾਂਗੇ, ਕਿਉਂਕਿ ਜੇ ਅਸੀਂ ਪਹਿਲਾਂ ਆਲੂ ਨਹੀਂ ਪਕਾਉਂਦੇ ਤਾਂ ਆਲੂ ਕੱਚੇ ਰਹਿ ਜਾਂਦੇ ਆ, ਇਸ ਕਰਕੇ ਪਹਿਲਾਂ ਆਲੂ ਪਕਾਵਾਂਗੇ। ਹੁਣ ਇਹਨੂੰ ਢੱਕ ਕੇ 2 ਮਿੰਟ ਪਕਾਵਾਂਗੇ। ਦੋ ਮਿੰਟ ਹੋ ਚੁੱਕੇ ਨੇ, ਹੁਣ ਅਸੀਂ ਇਸਦੇ ਵਿੱਚ ਜਿਹੜੀਆਂ ਸਾਡੇ ਕੋਲ ਫਲੀਆਂ ਨੇ ਲੋਬੀ ਦੀਆਂ ਉਹ ਇਹਦੇ 'ਚ ਪਾ ਦਾਂਗੇ। ਇਸ ਸਮੇਂ ਇਸ ਵਿੱਚ ਅਸੀਂ ਐਡ ਕਰਾਂਗੇ ਨਮਕ। ਨਮਕ ਸਵਾਦ ਅਨੁਸਾਰ ਪਾਉਣਾ। ਨਮਕ ਇਸ ਸਮੇਂ ਇਸ ਕਰਕੇ ਐਡ ਕਰ ਰਹੇ ਜੇ ਅਸੀਂ ਪਹਿਲਾਂ ਇਵੇਂ ਪਕਾ ਲੈਂਦੇ ਹਾਂ ਤਾਂ ਫਿਰ ਜਿਹੜਾ ਆ ਉਹ ਦੋਨਾਂ ਦੇ ਵਿੱਚ ਇਕੁਅਲ ਜਿਹਾ ਨਮਕ ਨਹੀਂ ਜਾਂਦਾ। ਥੋੜ੍ਹੀ ਜਿਹੀ ਪਾਵਾਂਗੇ ਇੱਕ ਕਾਲੀ ਮਿਰਚ, ਚੰਗੀ ਤਰੀਕੇ ਨਾਲ ਆਪਾਂ ਨੂੰ ਮਿਕਸ ਕਰ ਲਵਾਂਗੇ। ਇਹਨੂੰ ਢੱਕ ਕੇ 10 ਮਿੰਟ ਪਕਾਵਾਂਗੇ। ਸਾਰਾ ਮਸਾਲਾ ਚੰਗੀ ਤਰੀਕੇ ਨਾਲ ਅਸੀਂ ਮਿਕਸ ਕਰ ਲੈਣਾ। ਸਾਰੀਆਂ ਸਬਜ਼ੀਆਂ ਤਾਂ ਕਿ ਨਮਕ ਜਿਹੜਾ ਹੈ ਉਹ ਸਾਰਾ ਇੱਕ ਜਗ੍ਹਾ ਸਾਡਾ ਮਿਕਸ ਹੋ ਗਿਆ। ਤੁਸੀਂ ਚਾਹੋ ਤਾਂ ਇੱਥੇ ਥੋੜ੍ਹੀ ਜਿਹੀ ਲਾਲ ਮਿਰਚ ਵੀ ਐਡ ਕਰ ਸਕਦੇ ਹੋ। ਸਬਜ਼ੀ ਸਾਡੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ। ਆਲੂ ਵੀ ਜਿਹੜੇ ਪੱਕ ਚੁੱਕੇ ਨੇ। ਹੁਣ ਪਾਵਾਂਗੇ ਅਸੀਂ ਜੀਰਾ ਪਾਊਡਰ, ਨਾਲ ਹੀ ਪਾਵਾਂਗੇ ਥੋੜ੍ਹਾ ਜਿਹਾ ਗਰਮ ਮਸਾਲਾ। ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ। ਇੱਕ ਵਾਰ ਤੁਸੀਂ ਨਮਕ ਆਪਣੇ ਹਿਸਾਬ ਨਾਲ ਚੈੱਕ ਕਰ ਲੈਣਾ, ਮਿਰਚ ਜਿਹੜੀ ਪਾਉਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਨਮਕ ਅਤੇ ਮਿਰਚ ਦਾ ਟੇਸਟ ਰੱਖਣਾ। ਦੇਖੋ ਜੀ, ਬਹੁਤ ਟੇਸਟੀ ਬਣਦੀਆਂ ਨੇ ਇਹ ਲੋਬੀ ਦੀਆਂ ਫਲੀਆਂ। ਬਣ ਕੇ ਤਿਆਰ ਨੇ ਸਾਡੀਆਂ ਲੋਬੀ ਦੀ ਫਲੀਆਂ ਦੀ ਸਬਜ਼ੀ, ਬਹੁਤ ਹੀ ਟੇਸਟੀ ਬਣਦੀ ਹੈ। ਤੁਸੀਂ ਵੀ ਬਣਾਓ ਅਤੇ ਸਾਨੂੰ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਦਾ ਟੇਸਟ ਲੱਗਿਆ ਤੁਹਾਨੂੰ। ਅੰਤ ਤੱਕ ਸਾਡੀ ਵੀਡੀਓ ਦੇਖਣਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।